ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਹਰਦੀਪ ਧੀਮਾਨ ਦੀ ਪ੍ਰਾਪਰਟੀਜ਼ ਡੀਐਸਪੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਵਿੱਚ ਇਲਾਕੇ ਵਿੱਚ ਬੁਨਿਆਦੀ ਕਰਵਾਉਣ ਤੋਂ ਬਾਅਦ ਕੀਤੀ ਗਈ ਫਰੀਜ਼, ਜੋ ਕਿ ਇਹ ਪ੍ਰਾਪਰਟੀ ਹਰਦੀਪ ਧੀਮਾਨ ਦੀ ਪਤਨੀ ਸੁਸ਼ੀਲਾ ਰਾਣੀ ਦੇ ਨਾਮ ਤੇ ਹੈ। ਬੇਸਿਕਲੀ ਇਹ ਜਿਹੜੀ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਿਹੜੀ ਚੱਲ ਰਹੀ ਹੈ, ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੰਨੇ ਵੀ ਡਰੱਗ ਸਮਗਲਰ ਹੈ, ਇਹ ਡਰੱਗ ਸਮਗਲਰ ਵੱਲੋਂ ਜਿਹੜੀ ਵੀ ਕੋਈ ਪ੍ਰੋਪਰਟੀ ਉਹਨਾਂ ਵੱਲੋਂ ਬਣਾਈ ਗਈ ਹੋਵੇਗੀ, ਉਹਦੀ ਅਸੀਂ ਕੀ ਕਹਿੰਦੇ ਕੰਪੀਟੈਂਟ ਅਥਾਰਟੀ ਤੋਂ ਪਰਮਿਸ਼ਨ ਲੈ ਕੇ ਉਹਨੂੰ ਸੀਜ਼ ਕੀਤਾ ਜਾਂਦਾ। ਪਹਿਲਾਂ ਫਰੀਜ਼ ਹੁੰਦੀ ਹੈ, ਜੋ ਇਹਦੇ ਇਸ ਕੋਠੀ ਜਿਹੜੀ ਹਰਦੀਪ ਧੀਮਾਨ ਜਿਹਦੇ 'ਤੇ 141 ਨੰਬਰ FIR ਬਟਾ 19 ਹੋਈ ਹੋਈ ਸੀ, ਉਹਦੇ ਇਹਦੇ ਵਿੱਚ ਜਦੋਂ ਇਹਦੇ ਰਿਕਾਰਡ ਦੇ ਵਿੱਚ ਦਿੱਲੀ SHO ਫੇਸ 11 ਵੱਲੋਂ ਭੇਜੀ ਗਈ ਸੀਗੀ ਫਰੀਜ਼ ਕਰਨ ਲਈ, ਜਿਹਦੇ 'ਤੇ ਦਿੱਲੀ ਕੰਪੀਟੈਂਟ ਅਥਾਰਟੀ ਵੱਲੋਂ ਇਹਦੇ ਆਰਡਰ ਆਏ ਆ, ਇਹ ਤੁਹਾਨੂੰ ਆਰਡਰ ਅਸੀਂ ਵਿਖਾ ਦਿੱਤੇ ਆ। ਜਿੰਨੇ ਵੀ ਕਮਰਸ਼ੀਅਲ ਕੁਆਂਟਿਟੀ ਦੇ ਸਾਡੇ ਹੈ, ਇਹ ਮੋਹਾਲੀ ਜ਼ਿਲ੍ਹੇ ਦਾ ਵਨ ਆਫ ਦੀ ਫਸਟ ਉਹ ਹੈ ਜਿਹਦੇ 'ਚ ਅਸੀਂ ਇਹਦੇ ਬੰਦੇ ਦੀ ਪ੍ਰੋਪਰਟੀ ਫਰੀਜ਼ ਕੀਤੀ ਹੈ। ਸਰ ਇਸ ਤੋਂ ਇਲਾਵਾ ਵੀ ਕੋਈ ਪ੍ਰੋਪਰਟੀ ਵੀ ਚੱਲੀ ਹੈ? ਹਾਂਜੀ, ਉਹ ਜਿੰਨੀਆਂ ਵੀ ਅਸੀਂ ਹੋਰ ਵੀ ਨਸ਼ਾ ਤਸਕਰ ਜਿਹੜੇ ਹੈ ਉਹਨਾਂ ਦੀਆਂ ਪ੍ਰੋਪਰਟੀਆਂ ਅਸੀਂ ਆਈਡੈਂਟੀਫਾਈ ਕਰਕੇ ਅਤੇ ਫਰੀਜ਼ ਕਰ ਰਹੇ ਹਾਂ।